ਅਸਲਾਮੁਅਲੈਕੁਮ ਦੋਸਤੋ, ਅੱਜ ਤੁਹਾਡੇ ਨਾਲ ਬਹੁਤ ਹੀ ਵੱਡੀ ਨਿਊਜ਼ ਸਾਂਝੀ ਕਰਨ ਜਾ ਰਹੇ ਹਾਂ। ਸੁਰਾਂ ਦੇ ਬਾਦਸ਼ਾਹ ਰਾਹਤ ਫਤਿਹ ਅਲੀ ਖਾਨ ਨੂੰ ਕੌਣ ਨਹੀਂ ਜਾਣਦਾ। ਦੋਸਤੋ, ਪਾਕਿਸਤਾਨ ਦੀ ਇਹੋ ਜਿਹੀ ਨਾਮਵਰ ਹਸਤੀ ਹੈ ਜਿਹਦਾ ਕੋਈ ਵੀ ਐਸੀ ਫਿਲਮ ਨਹੀਂ ਜਿਹਨੂੰ ਹਿੱਟ ਕਰਨ ਵਾਸਤੇ ਰਾਹਤ ਫਤਿਹ ਅਲੀ ਖਾਨ ਦੇ ਕੋਲੋਂ ਗੀਤ ਨਹੀਂ ਲਏ ਜਾਂਦੇ। ਦੋਸਤੋ, ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਸਿੰਗਿੰਗ ਦੀ ਜਿਹੜੀ ਫੈਮਿਲੀ, ਉਹਦੇ ਨਾਲ ਬਿਲੋਂਗ ਕਰਨ ਵਾਲੇ ਨੇ, ਜਿਹਦਾ ਜਿਹਦੀ ਵਜ੍ਹਾ ਤੋਂ ਚੜ੍ਹਦੇ ਅਤੇ ਲੈਂਦੇ ਹਰ ਪਾਸੇ ਇਹਨਾਂ ਦਾ ਨਾਂ ਫੈਲਿਆ ਹੋਇਆ। ਚੜ੍ਹਦਾ ਲੈਂਦਾ ਅਤੇ ਛੋੜੋ, ਵਰਲਡ ਦੇ ਉੱਤੇ ਫੇਮਸ ਹਿੱਟ ਗਾਣੇ ਜਿਹੜੇ ਮੂਵੀਆਂ ਦੇ ਵਿੱਚ ਰਹੇ ਨੇ ਉਹ ਰਾਹਤ ਫਤਿਹ ਅਲੀ ਖਾਨ ਦੀ ਵਜ੍ਹਾ ਤੋਂ ਰਹੇ ਨੇ। ਔਰ ਰਾਹਤ ਫਤਿਹ ਅਲੀ ਖਾਨ ਇਹੋ ਜਿਹੇ ਵੱਡੀ ਸੁਰਾਂ ਦੀ ਫੈਮਿਲੀ ਨਾਲ ਤਾਲੁਕ ਰੱਖਦੇ ਨੇ ਕਿ ਨੁਸਰਤ ਫਤਿਹ ਅਲੀ ਖਾਨ ਤੋਂ ਬਾਅਦ ਅਗਰ ਦੁਨੀਆ 'ਤੇ ਕਿਸੇ ਦਾ ਮਸੀਕੀ ਦੇ ਵਿੱਚ ਨਾਂ ਹੋਇਆ ਤਾਂ ਉਹ ਰਾਹਤ ਫਤਿਹ ਅਲੀ ਖਾਨ ਸਾਹਿਬ ਨੇ। ਦੋਸਤੋ, ਰਾਹਤ ਫਤਿਹ ਅਲੀ ਖਾਨ ਸਾਹਿਬ ਨੇ ਆਪਣੇ ਲਾਈਵ ਕੌਨਸਰਟ ਦੇ ਵਿੱਚ ਸਿੱਧੂ ਮੂਸੇਵਾਲੇ ਬਾਈ ਦਾ ਜ਼ਿਕਰ ਕੀਤਾ। ਸਿੱਧੂ ਮੂਸੇਵਾਲੇ ਬਾਈ ਦੀ ਉਹਨੇ ਯਾਦ ਦਿਲਾਈ ਹੈ ਔਰ ਸਿੱਧੂ ਮੂਸੇਵਾਲੇ ਬਾਈ ਨੂੰ ਇੱਕ ਹੀ ਕਿਸਮ ਦਾ ਟ੍ਰਿਬਿਊਟ ਪੇਸ਼ ਕੀਤਾ ਆਪਣੀ ਕਵਾਲੀ ਰਾਹੀਂ, ਜਿਸਦਾ ਕੁਝ ਲਾਈਨਾਂ ਇਸ ਤਰ੍ਹਾਂ ਹੋਣਗੀਆਂ ਕਿ ਆ ਜਾ ਸਿੱਧੂ ਮੂਸੇਵਾਲਿਆ, ਤੈਨੂੰ ਅੱਖੀਆਂ ਉਡੀਕਦੀਆਂ। ਦੋਸਤੋ, ਇਸ ਤੋਂ ਪਹਿਲਾਂ ਕਿ ਤੁਹਾਨੂੰ ਮੈਂ ਵੀਡੀਓ ਦਿਖਾਵਾਂ ਜਿਸ 'ਚ ਨੁਸਰਤ ਫਤਿਹ ਅਲੀ ਖਾਨ ਸੀ ਖੁਦ ਯਾਦ ਕਰ ਰਹੇ ਨੇ ਮੂਸੇਵਾਲੇ ਨੂੰ, ਤੁਸੀਂ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਵੀਡੀਓ ਨੂੰ ਹੁਣੇ ਤੋਂ ਲਾਈਕ ਕਰ ਦਿਓ ਅਤੇ ਕਮੈਂਟਾਂ ਦੇ ਵਿੱਚ ਜਸਟਿਸ ਫਾਰ ਸਿੱਧੂ ਬਾਈ ਜ਼ਰੂਰ ਲਿਖਿਓ। ਦੇਖੋ ਜੀ ਵੀਡੀਓ। ये अभी जो कवाली पेश करने जा रहा हूं मैं, ये सिद्धू मूसेवाले को याद करते हुए करना चाहूंगा।